ਕੌਮੀ ਸਲਾਮਤੀ ਕਮੇਟੀ ਫਾਟਾ ਦੇ ਖੈਬਰ ਪਖਤੂਨਖਵਾ ਚ ਇੰਜ਼ਾਮ ਦੀ ਤੌਸੀਕ ਕਰ ਦਿੱਤੀ। ਆਜ਼ਾਦ ਕਸ਼ਮੀਰ ਤੇ ਗਿਲਗਤ ਬਲਤਿਸਤਾਨ ਕੋ ਮਜ਼ੀਦ ਇੰਤਜ਼ਾਮੀ ਤੇ ਮਾਲੀ ਅਖਤਿਆਰ ਦੇਵਣ, ਗਿਲਗਤ ਬਲਤਿਸਤਾਨ ਕੋ 5 ਸਾਲਾਂ ਦੀ ਟੈਕਸ ਛੂਟ ਦੇਵਣ ਤੇ ਵੀ ਇਤਫਾਕ। ਕਮੇਟੀ ਦਾ ਕਸ਼ਮੀਰ ਤੇ ਫਲਸਤੀਨ ਤੇ ਪਾਕਿਸਤਾਨ ਦੇ ਅਸੂਲੀ ਮੌਕਫ ਤੇ ਇਜ਼ਹਾਰੇ ਇਤਮਾਨ। ਨੂਨ ਲੀਗ ਆਵਾਮ ਦੀ ਹਕੀਕੀ ਨੁਮਾਇੰਦਾ ਜਮਾਤ ਹੈ। 5 ਸਾਲਾਂ ਦੇ ਦੌਰੇ ਜਿਹੜੀ ਤਰੱਕੀ ਥਈ ਉਹਦੀ ਮਿਸਾਲ ਨਹੀਂ ਮਿਲਦੀ। ਵਜ਼ੀਰ-ਏ-ਆਲਾ ਪੰਜਾਬ ਸ਼ਹਿਬਾਜ਼ ਸ਼ਰੀਫ, ਸਾਬਕ MP ਇਲਿਆਸ ਖਾਨ ਦੀ ਮੁਲਾਕਾਤ, ਸਾਥੀਆਂ ਸਮੇਤ ਨੂਨ ਲੀਗ ਸ਼ਮੂਲੀਅਤ ਦਾ ਐਲਾਨ। ਸਰਾਇਕਿਸਤਾਨ ਸੂਬਾ ਮਹਾਜ ਦੇ ਚੇਅਰਮੈਨ ਖਾਜਾ ਗੁਲਾਮ ਫਰੀਦ ਕੁਰੇਜਾ ਕਹਿੰਦੇ ਵਸੇਬ ਤੇ ਕਾਬਜ਼ ਕੁਵਤਾਂ ਸੂਬਾ ਜਨੂਬੀ ਪੰਜਾਬ ਤੇ ਬਹਾਵਲਪੁਰ ਸੂਬੇ ਦੇ ਨਾਂ ਤੇ ਕੌਮ ਕੋ ਤਕਸੀਮ ਕਰਨ ਚਾਹੁੰਦੇ ਹਨ, ਪਰ ਆਵਾਮ ਬਾਸ਼ਹੂਰ ਹਨ ਆਪਣੇ ਮੌਕਫ ਤੋਂ ਪਿੱਛੂ ਕੈਨਾਟ ਸਨ। ਜ਼ਾਹਿਰ ਪੀਰਜ ਕੌਮੀ ਸ਼ਾਹਰਾਹ ਤੇ 3 ਟ੍ਰੈਫਿਕ ਹਾਦਸੇ, ਇੱਕ ਬੰਦਾ ਜਾਂ ਵਕਤ 4 ਜ਼ਖਮੀ ਦਿਖੇ। ਮੋਟਰਵੇ ਪੁਲਿਸ, ਰੈਸਕਿਊ ਟੀਮਾਂ ਤੇ ਮਕਾਮੀ ਪੁਲਿਸ ਮੌਕੇ ਤੇ ਪੁੱਜੀ ਤੇ ਜ਼ਖਮੀਆਂ ਨੂੰ ਹਸਪਤਾਲ ਮੁੰਤਕਲ ਕੀਤਾ।